ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਫੈਟ ਲੋਸ ਸੀਰੀਜ਼ ਸ਼ੁਰੂ ਕਰਨ ਲੱਗੇ ਆ ਅਤੇ ਛੋਟੀਆਂ ਛੋਟੀਆਂ ਐਕਸਰਸਾਈਜ਼ਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਘਰ ਦੇ ਵਿੱਚ ਤੁਸੀਂ ਆਪਦੀ ਫੈਮਿਲੀ ਦੇ ਨਾਲ ਇਹਨੂੰ ਇੰਜੋਏ ਕਰ ਸਕਦੇ ਆ, ਫੈਟ ਲੋਸ ਕਰ ਸਕਦੇ ਆ, ਵੇਟ ਲੋਸ ਕਰ ਸਕਦੇ ਆ। ਔਰ ਜਿਹੜੇ ਲੋਕ ਬਹੁਤ ਜ਼ਿਆਦਾ ਮੋਟੇ ਹੁੰਦੇ ਆ, ਆਪਾਂ ਅਕਸਰ ਵੇਖਦੇ ਹਾਂ ਵੀਡੀਓ ਪਾਈਆਂ ਜਾਂਦੀਆਂ ਜੰਪਿੰਗ ਵਾਲੀਆਂ, ਅਤੇ ਜਿਹੜੇ ਜ਼ਿਆਦਾ ਮੋਟੇ ਲੋਕ ਹੁੰਦੇ ਆ ਉਹਨਾਂ ਨੂੰ ਜੰਪਿੰਗ ਨਹੀਂ ਕਰਨੀ ਚਾਹੀਦੀ। ਜੰਪਿੰਗ ਕਰਕੇ ਵੇਟ ਨਹੀਂ ਘਟਾਉਣਾ ਚਾਹੀਦਾ। ਕਿਉਂ ਨਹੀਂ ਘਟਾਉਣਾ ਚਾਹੀਦਾ? ਕਿਉਂਕਿ ਉਹਨਾਂ ਦੇ ਗੋਡੇ ਖਰਾਬ ਹੋ ਸਕਦੇ ਆ। ਗੋਡੇ ਕਿਉਂ ਖਰਾਬ ਹੋ ਸਕਦੇ ਆ? ਕਿਉਂਕਿ ਉਹਨਾਂ ਨੇ ਕਦੇ ਲੈਗ ਵਰਕਆਊਟ ਨਹੀਂ ਕੀਤਾ ਹੁੰਦਾ, ਉਹਨਾਂ ਦੇ ਲੈਗ ਦੇ ਮਸਲ ਵੀਕ ਹੁੰਦੇ ਆ, ਜਿਹਦੇ ਕਰਕੇ ਸਿੱਧਾ ਸਿੱਧਾ ਜੁਆਇੰਟਸ ਗੋਡਿਆਂ ਦੇ ਜੋੜਾਂ ਦੇ ਉੱਤੇ ਇਫੈਕਟ ਆਉਂਦਾ। ਇਸ ਕਰਕੇ ਜੇ ਤੁਸੀਂ ਵੇਟ ਲੋਸ ਕਰਨਾ ਤਾਂ ਇਹੋ ਜਿਹੀਆਂ ਐਕਸਰਸਾਈਜ਼ਾਂ ਕਰੋ ਜਿਹਦੇ ਨਾਲ ਤੁਸੀਂ ਮਜ਼ਬੂਤ ਹੋ ਜਾਓ ਪਹਿਲਾਂ, ਅਤੇ ਸਟੈਮਿਨਾ ਵੀ ਬਣ ਜੂਗਾ। ਅਤੇ ਅੱਜ ਇਹ ਸੀਰੀਜ਼ ਅਸੀਂ ਸ਼ੁਰੂ ਕਰਨ ਲੱਗੇ ਹਾਂ। ਹਰ ਰੋਜ਼ ਕੋਈ ਨਾ ਕੋਈ ਐਕਸਰਸਾਈਜ਼ ਸਿੰਪਲ ਜਿਹੜੀ ਹੈਗੀ ਆ ਤੁਸੀਂ ਆਪਦੇ ਘਰ ਦੇ ਵਿੱਚ ਬੱਚਿਆਂ ਨਾਲ, ਫੈਮਿਲੀ ਨਾਲ ਲਾ ਸਕਦੇ ਹਾਂ, ਉਹ ਕਰੋ ਅਤੇ ਵੇਟ ਲੋਸ ਘਰ ਬੈਠ ਕੇ ਬਿਨਾਂ ਕਿਸੇ ਡਾਇਟ ਪਲਾਨ ਤੋਂ। ਕੋਈ ਡਾਇਟ ਪਲਾਨ ਚੇਂਜ ਕਰਨ ਦੀ ਲੋੜ ਨਹੀਂ, ਜਿਹੜੀ ਵੀ ਡਾਇਟ ਤੁਸੀਂ ਲੈ ਰਹੇ ਹਾਂ ਘਰੇ ਉਹੀ ਡਾਇਟ ਲੈਣੀ ਹੈ, ਕੋਈ ਵੀ ਕਿਸੇ ਤਰ੍ਹਾਂ ਦਾ ਡਾਇਟ ਪਲਾਨ ਲੈਣ ਦੀ ਲੋੜ ਨਹੀਂ। ਸਿੰਪਲੀ ਉਹ ਡਾਇਟ ਖਾ ਕੇ ਤੁਸੀਂ ਆਪਦਾ ਵੇਟ ਲੋਸ ਕਰ ਸਕਦੇ ਹਾਂ। ਅਤੇ ਆਪਾਂ ਕਰਦੇ ਹਾਂ ਸ਼ੁਰੂ। ਇਹਦੇ ਵਿੱਚ ਕੋਣ ਰੱਖਣੇ ਆ, ਕੰਨੀ 'ਤੇ ਕੋਣ ਆ, ਇੱਧਰਲੇ ਪਾਸੇ ਕੋਣ ਆ, ਅਤੇ ਸਟੈਪ ਜੰਪਿੰਗ ਕਰਨੀ ਆ। ਇੱਧਰਲਾ ਕੋਣ ਉੱਧਰ, ਉੱਧਰਲਾ ਕੋਣ ਇੱਧਰ, 10-10 ਰੈਪ ਸਟੈਪ ਲਾਉਣੇ ਆ, ਠੀਕ ਹੈ? ਇੱਥੋਂ ਆਪਾਂ ਸ਼ੁਰੂ ਕਰਾਂਗੇ ਅਤੇ ਸਟੈਪ ਹੀ ਚਲਾਉਣੇ ਐਵੇਂ ਕਰਕੇ। ਇਹ ਨਹੀਂ ਹੈਗਾ ਇੱਥੋਂ ਭੱਜਣਾ ਵੀ ਐਂ ਭੱਜ ਕੇ ਨਹੀਂ ਜਾਣਾ ਗਾ, ਠੀਕ ਹੈ? ਹਜੇ ਫਿਰ ਕਰਦੇ ਹਾਂ ਸ਼ੁਰੂ। ਇੱਥੋਂ ਕੋਣ ਚੱਕਣਾ, ਇੱਥੇ ਰੱਖਣਾ। ਟਾਈਮ ਲਾ ਕੇ ਵੀ ਲਾ ਸਕਦੇ ਹਾਂ ਤੁਸੀਂ ਵੀ ਕਿਹੜਾ, 1 ਮਿੰਟ 2 ਮਿੰਟ ਵਾਰੀ ਨਾਲ। ਕੋਣ ਜਿਹੜਾ ਬਾਹਰ ਡਿੱਗ ਪਿਆ ਤਾਂ ਸਮਝ ਲਓ ਫਾਉਲ ਮੰਨ ਲੈਣਾ, ਅਤੇ ਅਗਲੇ ਨੂੰ ਜਿਹੜਾ ਹੈਗਾ ਵਾਰੀ ਦੇ ਦੇਣੀ ਆ। ਸਪੀਡ ਨਾਲ ਲਾਉਣੇ ਆ, ਜਿੰਨੀ ਸਪੀਡ ਨਾਲ ਲਾਉਂਗੇ ਉਨਾ ਹੀ ਵਧੀਆ ਤੁਹਾਡਾ ਸਟੈਮਿਨਾ, ਫੈਟ ਲੋਸ ਹੋਊਗੀ। ਚਲੋ ਆ ਜਾਓ ਕਰੋ ਸ਼ੁਰੂ। ਸਾਰਿਆਂ ਨੇ 5-5 ਰੈਪ ਲਾਉਣੇ ਆ, ਜਮਾਂ ਤੁਹਾਡੀ ਫੈਟ ਝਾੜ ਦੂਗੀ। ਕੋਈ ਡਾਇਟ ਪਲਾਨ ਲੈਣ ਦੀ ਲੋੜ ਨਹੀਂ, ਕਿਸੇ ਵੀ ਤਰ੍ਹਾਂ ਦਾ ਕੋਈ ਮਿੱਠਾ ਛੱਡਣ ਦੀ ਲੋੜ ਨਹੀਂ। ਰੋਟੀਆਂ ਦੱਬ ਕੇ ਖਾਓ, ਜਿੰਨੀਆਂ ਤੁਸੀਂ ਰੋਟੀਆਂ ਖਾਂਦੇ ਉਨੀਆਂ ਖਾਓ। ਬਸ ਇਸ ਤਰ੍ਹਾਂ ਦੀਆਂ ਐਕਸਰਸਾਈਜ਼ਾਂ ਨਾਲ ਤੁਸੀਂ ਫੈਟ ਲੋਸ ਕਰ ਸਕਦੇ ਆ। ਅੱਜ ਕੱਲ੍ਹ ਜਿਹੜੇ ਡਾਇਟ ਪਲਾਨ ਚੱਲਦੇ ਆ ਉਹ ਹੁੰਦੇ ਆ ਵੀ ਬੰਦਾ ਸਾਲ ਘੱਟੋ ਘੱਟ ਮਿਹਨਤ ਲਾਉਂਦੇ ਨੂੰ ਹੋ ਗਿਆ ਹੋਵੇ, ਹੈ ਨਾ? ਆਪਾਂ 1 ਮਹੀਨਾ ਲਾ ਕੇ, 4 ਮਹੀਨੇ ਲਾ ਕੇ, 2 ਮਹੀਨੇ ਲਾ ਕੇ ਕਹਿੰਦੇ ਵੀ ਸਾਨੂੰ ਡਾਇਟ ਪਲਾਨ ਦੱਸੋ। ਡਾਇਟ ਪਲਾਨ ਤਾਂ ਹੁੰਦੇ ਆ ਮਸਲ ਬਿਲਡਿੰਗ ਵਾਸਤੇ, ਫੈਟ ਲੋਸ ਵਾਸਤੇ ਕੋਈ ਡਾਇਟ ਪਲਾਨ ਲੈਣ ਦੀ ਲੋੜ ਨਹੀਂ, ਉਹਦੇ ਵਾਸਤੇ ਮਿਹਨਤ ਦੀ ਲੋੜ ਆ। ਆਹ 2 ਜਣੇ ਖੜ੍ਹੇ ਇੱਥੇ ਲਾਈ ਜਾਂਦੇ ਆ, ਇਹਨਾਂ ਨੇ 8-8 ਕਿਲੋ 7-7 ਕਿਲੋ ਜਿਹੜਾ ਵੇਟ ਹੈ ਘਟਾਇਆ ਬਿਨਾਂ ਕਿਸੇ ਡਾਇਟ ਪਲਾਨ ਤੋਂ, ਦੇਸੀ ਜਿਹੜੀ ਘਰ ਦੀ ਖੁਰਾਕ ਉਹੀ ਖਾਂਦੇ ਆ ਪ੍ਰੋਟੀਨ ਦੀ, ਠੀਕ ਹੈ? ਚੱਲ ਬਹੁਤ ਸੋਹਣੀ ਐਕਸਰਸਾਈਜ਼ ਹੈ, ਤੁਸੀਂ ਦੇਖੋ ਥੋੜ੍ਹੀ ਜਿਹੀ ਲਾਈ ਸੀ, ਸਾਹ ਭੱਟ ਦਿੰਦੀ ਹੈ ਬੰਦੇ ਦਾ। ਔਰ ਇਹਦੇ ਵਿੱਚ ਫਲੈਕਸੀਬਿਲਟੀ ਆਊਗੀ ਜਿਹੜੀ ਤੁਸੀਂ, ਆਪਾਂ ਨਾ ਫੈਟ ਲੋਸ ਕਰਨ ਵਾਸਤੇ ਜੰਪਿੰਗ ਲਾਉਣੇ, ਖੜ ਕੇ ਜੰਪਿੰਗ ਲਾਉਣੇ ਆ। ਜੋ ਹੁਣ ਮੰਨ ਲਓ ਬੰਦੇ ਦਾ ਵੇਟ ਕੁਇੰਟਲ ਹੈ, ਉਹ ਖੜ ਕੇ ਲਾਊਗਾ ਜੰਪਿੰਗ, ਤਾਂ ਉਹਦੇ ਗੋਡਿਆਂ ਦੇ 100% ਇਫੈਕਟ ਆਊਗਾ। ਗੋਡੇ ਖਰਾਬ ਹੋਣ ਦੇ, ਵਿੰਗੇ ਹੋਣ ਦੇ, ਫੇਲ ਹੋਣ ਦੇ ਚਾਂਸਿਸ ਬਹੁਤ ਜ਼ਿਆਦਾ ਹੁੰਦੇ। ਇਸ ਕਰਕੇ ਜੰਪਿੰਗ ਵਾਲੀ ਐਕਸਰਸਾਈਜ਼ ਵੇਟ ਘਟਾਉਣ ਵਾਸਤੇ ਸ਼ੁਰੂ ਦੇ ਵਿੱਚ ਨਹੀਂ ਲਾਉਣੀ। ਜਦੋਂ ਤੁਸੀਂ ਵੇਟ ਕੰਟਰੋਲ ਦੇ ਵਿੱਚ ਆ ਗਏ, 7-8 ਮਹੀਨੇ ਤੁਹਾਨੂੰ ਐਕਸਰਸਾਈਜ਼ ਕਰਦੇ ਨੂੰ ਹੋ ਗਏ, ਉਸ ਤੋਂ ਬਾਅਦ ਤੁਸੀਂ ਜੰਪਿੰਗ ਵਾਲੀਆਂ ਐਕਸਰਸਾਈਜ਼ਾਂ ਸ਼ੁਰੂ ਕਰੋ। ਬਹੁਤ ਸਾਰੇ ਲੋਕਾਂ ਨੂੰ ਜਾਂ ਕੋਚ ਵੀ ਇੱਦਾਂ ਦੇ, ਮੈਂ ਕਹਿੰਦਾ ਨਹੀਂ ਮਾੜੇ ਹੁੰਦੇ ਆ, ਪਰ ਸ਼ਾਇਦ ਕਿਤੇ ਨਾ ਕਿਤੇ ਕਿਸੇ ਨੂੰ ਨੌਲੇਜ ਨਹੀਂ ਹੁੰਦੀ, ਜਿਹਦੇ ਕਰਕੇ ਉਹ ਸਿੱਧੀਆਂ ਜੰਪਿੰਗ ਵਾਲੀਆਂ ਐਕਸਰਸਾਈਜ਼ਾਂ ਸ਼ੁਰੂ ਕਰਵਾ ਦਿੰਦੇ ਆ, ਅਤੇ ਉਹਦਾ ਇਫੈਕਟ ਬਾਡੀ ਦੇ ਉੱਤੇ ਗਲਤ ਪੈਂਦਾ। ਸੋ ਕਿਸੇ ਫੈਟ ਲੋਸ ਡਾਇਟ ਦੀ ਲੋੜ ਨਹੀਂ ਹੈਗੀ, ਆਹ ਵਾਲੀ ਐਕਸਰਸਾਈਜ਼ ਨਾਲ ਤੁਸੀਂ ਸਿੰਪਲੀ ਘਟਾ ਸਕਦੇ। ਸਪੀਡ ਨਾਲ ਆ, ਸਪੀਡ ਫੁੱਲ ਕਰ, ਸਪੀਡ ਭਜਾ,
ਭੱਜ ਕੇ ਪੂਰਾ ਭੱਜ ਕੇ ਹਾਂ ਸਪੀਡ ਨਾਲ। ਹੁਣ ਇਹਦੇ ਵਿੱਚ ਜੰਪਿੰਗ ਹੁੰਦੀ ਹੈ ਪਰ ਉਹ ਵਾਲੀ ਜੰਪ ਨਹੀਂ, ਕਿਉਂਕਿ ਜਿਹੜਾ ਆਪਾਂ ਜੰਪ ਮਾਰਾਂਗੇ ਐਂ ਕਰਕੇ ਐਵੇਂ, ਇੱਥੇ ਬਹੁਤ ਜ਼ਿਆਦਾ ਇਫੈਕਟ ਆਊਗਾ। ਸਿੰਪਲ ਜੰਪਿੰਗ ਹੈ, ਠੀਕ ਹੈ। ਅਤੇ ਇਹ ਫਸਟ ਅੱਜ ਐਕਸਰਸਾਈਜ਼ ਦੀ ਵੀਡੀਓ ਹੈ। ਲੇਡੀਜ਼ ਜੈਂਟਸ ਕੋਈ ਵੀ ਘਰ ਦੇ ਵਿੱਚ ਫੈਮਿਲੀ ਮੈਂਬਰ ਬੱਚਿਆਂ ਦੇ ਨਾਲ ਵੀ ਤੁਸੀਂ ਲਾ ਸਕਦੇ ਹਾਂ, ਔਰ ਬੱਚਿਆਂ ਨੂੰ ਸਪੈਸ਼ਲੀ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੇ ਵੇਟ ਲੋਸ, ਡਾਇਟ ਲੋਸ, ਫੈਟ ਲੋਸ ਪਲਾਨ ਦੀ ਲੋੜ ਨਹੀਂ ਹੁੰਦੀ। ਉਹਨਾਂ ਨੂੰ ਦੱਬ ਕੇ ਖੁਰਾਕ ਦਿਓ, ਦੇਸੀ ਖੁਰਾਕਾਂ, ਘਿਓ ਖਵਾਓ, ਪੰਜੀਰੀ ਖਵਾਓ, ਦੇਸੀ ਘਿਓ ਦੀ ਬਣੀ ਸੇਵੀਆਂ ਖਵਾਓ, ਅਤੇ ਐਕਸਰਸਾਈਜ਼ ਲਵਾਓ, ਠੀਕ ਹੈ। ਅਤੇ ਆਹ ਫਸਟ ਐਕਸਰਸਾਈਜ਼ ਅੱਜ ਸਾਡੀ ਸੀਗੀ, ਔਰ ਅਸੀਂ ਸਿੰਪਲ ਐਕਸਰਸਾਈਜ਼ਾਂ ਜਿਹੜੀਆਂ ਫੈਟ ਲੋਸ ਵਾਲੀਆਂ ਸੀਰੀਜ਼ ਸ਼ੁਰੂ ਕੀਤੀ ਅੱਜ, ਜਿਹੜੇ ਲੋਕ ਕਰਨਾ ਚਾਹੁੰਦੇ ਆਪਦੇ ਵੇਟ ਨੂੰ ਲੋਸ, ਅਤੇ ਇੱਕ ਲੈ ਕੇ ਆਉਂਦੇ ਰਹਾਂਗੇ। ਇਹਦੇ 'ਚ ਰਨਿੰਗ ਨਹੀਂ ਕਰਨੀ, ਬਸ ਸਿੰਪਲ ਜੰਪ ਮਾਰਨੇ ਇੱਧਰ ਉੱਧਰ। ਜੇ ਤੁਹਾਨੂੰ ਲੱਗਦਾ ਹੈ ਨਾ ਵੀ ਨਹੀਂ ਲੱਗਦੇ ਤਾਂ ਫਿਰ ਗੋਡਿਆਂ ਦੇ ਉੱਤੇ, ਇਹ ਦੱਸਣਾ ਮੈਂ ਭੁੱਲ ਗਿਆ, ਗੋਡਿਆਂ ਦੇ ਨੀ ਕੈਪ ਜ਼ਰੂਰ ਚੜਾ ਲਓ ਜਿਹੜੇ ਫਸਟ ਟਾਈਮ ਲਾਉਣ ਲੱਗੇ ਆ। ਚੱਲ ਹੁਣ ਆਹ ਬੱਚਾ, ਇਹਨੂੰ ਫੈਟ ਲੋਸ ਦੀ ਲੋੜ ਨਹੀਂ, ਪਰ ਇਹਦੇ ਵਿੱਚ ਫਲੈਕਸੀਬਿਲਟੀ ਆਊਗੀ ਜ਼ਰੂਰ। ਜਿਵੇਂ ਕਬੱਡੀ ਦੇ ਰੇਡਰ ਹੁੰਦੇ ਨਾ, ਉਹਦੇ ਵਾਸਤੇ, ਨੈਸ਼ਨਲ ਸਟਾਈਲ ਦਾ ਰੇਡਰ ਹੈ, ਉਹਦੇ ਵਾਸਤੇ ਇਹ ਬਹੁਤ ਵਧੀਆ ਹੈ, ਕਿਉਂਕਿ ਫੁੱਟਵਰਕ ਚਾਹੀਦਾ ਹੁੰਦਾ ਕਿਸੇ ਵੀ ਗੇਮ ਦੇ ਵਿੱਚ, ਤੁਹਾਡੇ ਪੈਰ ਚੱਲਣੇ ਚਾਹੀਦੇ ਹੈ, ਔਰ ਪੈਰ ਚਲਾਉਣ ਵਾਸਤੇ ਇਹ ਬਹੁਤ ਵਧੀਆ ਐਕਸਰਸਾਈਜ਼ ਹੈਗੀ ਹੈ। ਸੋ ਕਰਿਓ ਟਰਾਈ, ਅਤੇ ਹੁਣ ਇਹ ਸੀਰੀਜ਼ ਆਪਣੀ ਲਗਾਤਾਰ ਚੱਲੂਗੀ, ਸਪੀਡ ਨਾਲ ਲਾ, ਸਪੀਡ ਨਾਲ ਚੱਲ ਪਊਗੀ। ਮੈਂ ਨੇੜੇ ਤੋਂ ਲਿਖਾ ਦਿੰਦਾ, ਕੋਨ ਲੱਗੇ ਹੋਏ, ਆਹ ਕੋਨ ਚੱਕ ਕੇ ਇੱਧਰ ਲੈ ਕੇ ਜਾਣਾ, ਉੱਧਰ ਲੈ ਚੱਕ ਕੇ ਇੱਧਰ ਲੈ ਕੇ ਆਉਣਾ, ਠੀਕ ਹੈ। ਸਟੈਪ ਉਹ ਦੇਖੋ, ਪੈਰਾਂ ਦੀ ਮੂਵਮੈਂਟ ਕਿੰਨੀ ਹੁੰਦੀ ਹੈ, ਕਿਸੇ ਵੀ ਗੇਮ, ਕੋਈ ਵੀ ਗੇਮ ਹੈ ਨਾ, ਉਹਦੇ ਵਾਸਤੇ ਫੁੱਟ ਮੂਵਮੈਂਟ ਬਹੁਤ ਜ਼ਰੂਰੀ ਹੁੰਦਾ। ਨੈਸ਼ਨਲ ਸਟਾਈਲ, ਸਰਕਲ ਸਟਾਈਲ, ਡਿਸਕਸ ਥਰੋ, ਸ਼ੋਟ ਪੁੱਟ, ਹਾਕੀ, ਕਬੱਡੀ ਦੀ ਆਪਾਂ ਗੱਲ ਕਰ ਚੁੱਕੇ ਹਾਂ, ਰੈਸਲਿੰਗ ਹੈ, ਰੈਸਲਿੰਗ 'ਚ ਵੀ ਇਹਦੇ ਨਾਲ ਸਟੈਮਿਨਾ ਬਣਦਾ ਹੈ ਨਾ। ਤਾਂ ਇਹ ਸਾਰੀਆਂ ਗੇਮਾਂ ਦੀ ਮਦਰ ਗੇਮ ਹੈ, ਅਤੇ ਬੱਚਿਆਂ ਨੂੰ ਜ਼ਰੂਰ ਕਰਾਓ, ਠੀਕ ਹੈ। ਹਾਂ, ਸਪੀਡ ਨਾਲ ਭੱਜਣਾ ਨਹੀਂ, ਭੱਜਦਾ ਤੂੰ, ਸਟੈਪ ਜੰਪਿੰਗ ਕਰਨੀ ਆ। ਹਾਂ ਹਾਂ ਹਾਂ, ਸਟੈਪ ਜੰਪਿੰਗ ਕਰਨੀ ਆ, ਵੈਰੀ ਗੁੱਡ 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 ਗੁੱਡ। ਹਾਂ, ਸੋ ਇਹ ਪਹਿਲੀ ਅੱਜ ਸੀਰੀਜ਼ ਦੀ ਫੈਟ ਲੋਸ ਵੇਟ ਲੋਸ ਦੀ ਐਕਸਰਸਾਈਜ਼ ਹੈ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਹਾਂ, ਔਰ ਇਹ ਲਗਾਤਾਰ ਚੱਲਣੀ ਆ। ਜਿਹੜੇ ਘਰਾਂ ਦੇ ਵਿੱਚ ਬੈਠੇ ਆ, ਆਪਦੇ ਘਰ ਦੇ ਵਿੱਚ ਸ਼ੁਰੂ ਕਰੋ, ਨਾਲ ਨਾਲ ਸਾਡੇ ਲਾਈ ਚੱਲੋ, ਘਰੇ ਬੈਠੇ ਤੁਹਾਡੇ ਨਾਲ ਵੇਟ ਘਟਾ ਦਿਆਂਗੇ, ਠੀਕ ਹੈ। ਬੈਠਣਾ ਨਹੀਂ ਆ, ਹਿੱਲਣਾ ਤਾਂ ਪੈਣਾ ਹੀ ਆ, ਸਰੀਰ ਨੂੰ ਹਿਲਾਉਣਾ ਤਾਂ ਪੈਣਾ ਹੀ ਆ, ਵਰਕਆਊਟ ਤਾਂ ਲਾਉਣਾ ਹੀ ਪੈਣਾ। ਮਿਊਜ਼ਿਕ ਲਾ ਕੇ ਬੱਚਿਆਂ ਦੇ ਨਾਲ ਇਹ ਗੇਮ ਤੁਸੀਂ ਸ਼ਾਮ ਨੂੰ ਹਰ ਰੋਜ਼ ਖੇਡੋ, ਕਿਸੇ ਡਾਇਟ ਪਲਾਨ ਦੀ ਲੋੜ ਨਹੀਂ, ਜਿਹੜਾ ਤੁਹਾਡਾ ਡਾਇਟ ਚੱਲ ਰਹੀ ਆ ਉਹੀ ਬਸ ਰੈਗੂਲਰ ਰੱਖਣੀ ਆ, ਠੀਕ ਹੈ। ਅਤੇ ਸੋ ਵੀਡੀਓ ਨੂੰ ਕਰਿਓ ਸ਼ੇਅਰ ਵੱਧ ਤੋਂ ਵੱਧ, ਜੇ ਕਰ ਸਕਦੇ ਹਾਂ ਤੁਹਾਡੀ ਮਰਜ਼ੀ ਆ, ਤਾਂ ਇਹ ਤਾਂ ਕਹਿਣਾ ਹੁੰਦਾ, ਕਿਸੇ ਦਾ ਫਾਇਦਾ ਹੋ ਜੂਗਾ। ਚਲੋ ਚਲੋ, ਖਿੱਚ ਕੇ ਅਗਲਾ ਤਿਆਰ ਰਹਿ ਜਾਓ। ਸਾਰੇ ਜਣੇ ਘਰੇ ਟਾਈਮ ਕੱਢਿਆ ਕਰੋ, ਕਿਉਂਕਿ ਕਈ ਵਾਰੀ ਆਪਾਂ ਇੱਕ ਦਿਨ ਐਕਸਰਸਾਈਜ਼ ਲਾ ਲੈਂਦੇ ਹਾਂ, ਪੰਜ ਦਿਨ ਲਾਉਂਦੇ ਨਹੀਂ, ਉਹਦਾ ਕੋਈ ਫਾਇਦਾ ਨਹੀਂ। ਇਹ ਰੈਗੂਲਰ ਵਰਕ ਹੁੰਦਾ, ਰੈਗੂਲਰ ਲਾਉਣੀ ਪੈਂਦੀ ਆ, ਰੈਗੂਲਰ ਜਿੰਨੀ ਰੂਟੀਨ ਦੇ ਵਿੱਚ ਤੁਸੀਂ ਲਾਓਗੇ ਉਨਾ ਹੀ ਇਹਦਾ ਫਾਇਦਾ ਹੋਣਾ, ਠੀਕ ਆ। ਐ ਨਹੀਂ ਹੈਗਾ ਵੀ ਆਪਾਂ ਅੱਜ ਕੱਲ੍ਹ ਇਹੀ ਹੁੰਦਾ ਜਲਦੀ ਰਿਜ਼ਲਟ ਭਾਲਣ ਦੇ ਚੱਕਰ ਦੇ ਵਿੱਚ 20 ਦਿਨ ਲਾ ਕੇ, ਮਹੀਨਾ ਦਾ ਲਾ ਕੇ, ਅਤੇ ਮੁੜ ਕੇ ਕਈ ਵਾਰੀ ਜਾ ਕੇ ਕਹਿੰਦੇ ਹਾਂ ਤੁਸੀਂ ਜਿਮ ਦੇ ਵਿੱਚ ਜਾ ਕੇ ਜਾਂ ਗਰਾਊਂਡ ਦੇ ਵਿੱਚ ਵੀ, ਯਾਰ ਵੀ ਮੇਰਾ ਤਾਂ ਸਰੀਰ ਨਹੀਂ ਬਣਿਆ ਜਾਂ ਮੇਰਾ ਸਰੀਰ ਘਟਿਆ ਨਹੀਂ ਗਾ, ਉਹਦਾ ਰੀਜ਼ਨ ਇਹੀ ਹੁੰਦਾ ਵੀ ਮਿਹਨਤ ਤਾਂ ਤੁਸੀਂ ਲਾਉਣੀ ਨਹੀਂ, ਜਾ ਕੇ ਬਹਿ ਜਾਣਾ ਤਾਂ ਫਿਰ ਉਹਦਾ ਕੋਈ ਫਾਇਦਾ ਨਹੀਂ। ਫਾਇਦਾ ਤਾਂ ਹੀ ਹੋਊਗਾ, ਰਿਜ਼ਲਟ ਤਾਂ ਹੀ ਮਿਲੂਗਾ, ਲਗਾਤਾਰ 7-8 ਮਹੀਨੇ, ਸਾਲ, 2 ਸਾਲ ਲਾਓਗੇ ਤਾਂ ਫਿਰ ਜਾ ਕੇ ਰਿਜ਼ਲਟ ਜਿਹੜਾ ਮਿਲਦਾ, ਠੀਕ ਹੈ। ਆ ਜਾਓ, ਇੱਕ ਇੱਕ ਸੈੱਟ ਹੋਰ ਲਾਵਾਂਗੇ, ਠੀਕ ਹੈ, ਫਿਰ ਆਪਾਂ ਚੇਂਜ ਕਰਾਂਗੇ। ਸੋ ਇਹ ਫਸਟ ਐਕਸਰਸਾਈਜ਼ ਸੀਗੀ ਅੱਜ ਦੀ।
ਇਹ ਸੀਰੀਜ਼ ਤੁਹਾਡੇ ਲਈ ਲਗਾਤਾਰ ਆਉਂਦੀ ਰਹੂਗੀ। ਅਤੇ ਆਹ ਦੋਨੇ ਜਣਿਆਂ ਨੇ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ, ਇਹਦੇ ਨਾਲ 7-8 ਕਿਲੋ ਵੇਟ ਜਿਹੜਾ ਹੈਗਾ ਗਰਾਊਂਡ ਵਰਕ ਕਰਕੇ ਘਟਾਇਆ। ਕੱਲੀ ਇਸ ਐਕਸਰਸਾਈਜ਼ ਨਹੀਂ ਹੈ ਤਾਂ ਅਸੀਂ ਪਹਿਲੇ ਦਿਨ ਲਾਉਣ ਲੱਗੇ ਹਾਂ, ਹੋਰ ਬਹੁਤ ਸਾਰੀਆਂ ਐਕਸਰਸਾਈਜ਼ਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸੋ ਜਿਹੜੇ ਵੀ ਫੈਮਿਲੀ ਦੇ ਨਾਲ ਇੰਜੋਏ ਕਰ ਸਕਦੇ ਆ ਇਸ ਐਕਸਰਸਾਈਜ਼ ਨੂੰ, ਵਰਕਆਊਟ ਘਰ ਦੇ ਵਿੱਚ ਲਾ ਸਕਦੇ ਆ, ਲਾਓ। ਪਰ ਇੱਕ ਦੋ ਗੱਲਾਂ ਦਾ ਧਿਆਨ ਰੱਖਣਾ ਇਹਦੇ ਵਿੱਚ, ਜਿਹੜੇ ਬਹੁਤ ਜ਼ਿਆਦਾ ਮੋਟੇ ਆ ਉਹਨਾਂ ਨੇ ਨੀ ਕੈਪ ਪਾ ਕੇ ਗੋਡਿਆਂ 'ਤੇ ਫੇਰ ਲਾਉਣੀ ਆ। ਜਿਹੜੇ ਲੋਕ ਦਾ ਸਾਹ ਚੜ੍ਹਦਾ, ਜ਼ਿਆਦਾ ਸਾਹ ਚੜ੍ਹਦਾ, ਉਹਨਾਂ ਨੇ ਪਹਿਲੇ ਦਿਨ ਜ਼ਿਆਦਾ ਨਹੀਂ ਲਾਉਣੀ, ਪਹਿਲੇ ਦਿਨ ਬਸ ਇਹਨੂੰ 3 ਵਾਰੀ ਲਾ ਲਓ, 5-5 ਜਿੱਦਾਂ 10-10 ਰੈਪੀਟੇਸ਼ਨਸ, ਫਿਰ ਵਧਾਉਂਦੇ ਰਹੋ ਹੌਲੀ ਹੌਲੀ, ਠੀਕ ਹੈ। ਔਰ ਕਦੇ ਵੀ ਖਾਣਾ ਨਹੀਂ ਖਾਣਾ ਹੈਗਾ, ਅੱਧਾ ਘੰਟਾ ਪਹਿਲਾਂ ਕੁਛ ਨਹੀਂ ਖਾਧਾ ਹੋਣਾ ਚਾਹੀਦਾ। ਕੋਈ ਵੀ ਡਾਇਟ ਹੈ, ਘਰ ਦੀ ਤੁਸੀਂ ਚਾਹ ਪੀਂਦੇ ਆ ਜਾਂ ਹੋਰ ਕੁਛ ਵੀ, ਜਿਹੜਾ ਵੀ ਰੂਟੀਨ 'ਚ ਉਹੀ ਖਾਣਾ ਹੈ, ਪਰ 1 ਘੰਟਾ ਪਹਿਲਾਂ ਹੋਵੇ, ਠੀਕ ਹੈ। ਜੇ ਤੁਹਾਨੂੰ ਲੱਗਦਾ ਚਲੋ ਫਿਰ ਵੀ ਐਨਰਜੀ ਲੈਣੀ ਹੈ ਤਾਂ ਦਹੀਂ ਦੇ ਵਿੱਚ ਆਲੂ ਪਾ ਕੇ, ਜਾਂ 1 ਘੰਟਾ ਪਹਿਲਾਂ ਕੇਲੇ ਖਾ ਲਓ, ਹੈ ਨਾ, ਗਲੂਕੋਜ਼ ਪੀ ਲਓ, ਗਰਮੀ ਹੈਗੀ ਆ, 1 ਘੰਟਾ ਪਹਿਲਾਂ। ਅਤੇ ਸੋ ਇਹਨੂੰ ਟਰਾਈ ਜ਼ਰੂਰ ਕਰਿਓ, 1 ਦਿਨ ਲਾਉਣੀ ਆ, ਬੋਰ ਹੋ ਜਾਂਦੇ ਆਪਾਂ, ਇਹ ਸਿਰਫ 1 ਦਿਨ ਵਾਸਤੇ, ਅਗਲੇ ਦਿਨ ਵਾਸਤੇ ਆਪਾਂ ਚੇਂਜ ਕਰਕੇ ਲਾਵਾਂਗੇ, ਠੀਕ ਹੈ, ਅਗਲੇ ਦਿਨ ਦੀ ਐਕਸਰਸਾਈਜ਼। ਸੋ ਕਰਿਓ ਸ਼ੇਅਰ ਇਹਨੂੰ ਵੱਧ ਤੋਂ ਵੱਧ। ਕਿਹੜਾ ਰਹਿ ਗਿਆ, ਆ ਜਾ ਫਿਰ, ਵੱਧ ਤੋਂ ਵੱਧ ਸ਼ੇਅਰ ਕਰਿਓ ਇਹਨੂੰ, ਇਹੋ ਜਿਹੀਆਂ ਐਕਸਰਸਾਈਜ਼ਾਂ ਦੀ ਸੀਰੀਜ਼ ਚੱਲਦੀ ਰਹੂਗੀ, ਹੁਣ ਫੈਟ ਲੋਸ ਵੇਟ ਲੋਸ ਸੀਰੀਜ਼। ਥੈਂਕ ਯੂ।